ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ। ਤਬਾਹ ਹੋਇਆ ਹੱਸਦਾ ਖੇਡਦਾ ਪਰਿਵਾਰ, ਪੰਜਾਬ ਚ ਇੱਕੋ ਪਰਿਵਾਰ ਦੇ 3 ਮੈਂਬਰਾਂ ਨੇ ਕੀਤੀ ਖੁਦਕੁਸ਼ੀ। ਭਾਰਤੀ ਜਲ ਸੈਨਾ ਦਾ ਸ਼ਾਨਦਾਰ ਕਦਮ, ਸਮੁੰਦਰ ਦੇ ਵਿਚਕਾਰ ਨੇਵੀ ਨੇ ਬਚਾਈ ਦੁਸ਼ਮਣ ਦੀ ਜਾਨ, ਦੇਵਦੂਤ ਬਣ ਕੇ ਪਹੁੰਚੀ ਭਾਰਤੀ ਜਲ ਸੈਨਾ, ਮਰੀਜ਼ ਨੂੰ ਸਫਲਤਾਪੂਰਵਕ ਕੀਤਾ ਗਿਆ ਏਅਰਲਿਫਟ। ਯੂਪੀ ਸਰਕਾਰ ਦਾ ਨਵਾਂ ਫਰਮਾਨ ਰੱਦ ਹੋਣਗੇ ਆਯੁਸ਼ਮਾਨ ਕਾਰਡ, ਗਰੀਬਾਂ ਨੂੰ ਲੁੱਟਣ ਵਾਲਿਆਂ ਨੂੰ ਨਹੀਂ ਮਿਲੇਗਾ ਸਕੀਮ ਦਾ ਲਾਭ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਪਰਿਵਾਰ ਦੇ ਮੁਖੀ ਦੀ ਸ਼ਰਾਬ ਦੀ ਆਦਤ ਕਾਰਨ ਪਤੀ ਪਤਨੀ ਵਿੱਚ ਹੋਈ ਲੜਾਈ ਕਾਰਨ ਹੱਸਦੇ ਖੇਡਦੇ ਇੱਕ ਪਰਿਵਾਰ ਦੇ 3 ਮੈਂਬਰਾਂ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਨਵਾਂ ਸ਼ਹਿਰ ਦੇ ਨੇੜਲੇ ਪਿੰਡ ਮੁੱਲਪੁਰ ਅੜਕਾਂ 'ਚ ਇੱਕ ਔਰਤ ਅਤੇ ਉਸਦੀ 11ਵੀਂ ਵਿੱਚ ਪੜ੍ਹਨ ਵਾਲੀ ਧੀ ਨੇ ਸਲਫਾਸ ਦੀਆਂ ਗੋਲੀਆਂ ਨਿਗਲੀਆਂ, ਜਿਨ੍ਹਾਂ ਨੂੰ ਨਵਾਂ ਸ਼ਹਿਰ ਦੇ ਬੰਗਾ ਰੋਡ 'ਤੇ ਸਥਿਤ ਇੱਕ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਮੁੱਲਪੁਰ ਅੜਕਾਂ ਦਾ ਅਵਤਾਰ ਸਿੰਘ ਹਮੇਸ਼ਾ ਸ਼ਰਾਬੀ ਹਾਲਤ 'ਚ ਰਹਿੰਦਾ ਸੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਦਾ ਸੀ। ਸਵੇਰੇ ਜਦੋਂ ਅਵਤਾਰ ਸਿੰਘ ਨੇ ਆਪਣੀ ਪਤਨੀ ਸੋਨੀਆ ਅਤੇ ਲੜਕੀ ਮਨਪ੍ਰੀਤ ਦੀ ਕੁੱਟਮਾਰ ਕੀਤੀ ਤਾਂ ਇਹਨਾਂ ਦੋਨਾਂ ਵੱਲੋਂ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ ਗਿਆ, ਜਿਸਦੇ ਚੱਲਦੇ ਇਹਨਾਂ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ। ਫਿਰ ਜਦੋਂ ਅਵਤਾਰ ਸਿੰਘ ਨੂੰ ਪਤਾ ਲੱਗਿਆ ਕਿ ਉਸਦੀ ਪਤਨੀ ਸੋਨੀਆ ਦੀ ਜ਼ਹਿਰੀਲਾ ਪਦਾਰਥ ਖਾਣ ਦੇ ਨਾਲ ਮੌਤ ਹੋਈ ਅਤੇ ਅਵਤਾਰ ਸਿੰਘ ਨੇ ਵੀ ਜ਼ਹਿਰੀਲਾ ਪਦਾਰਥ ਖਾ ਲਿਆ ਅਤੇ ਉਸਦੀ ਵੀ ਮੌਤ ਹੋ ਗਈ। ਇਸ ਉਪਰੰਤ ਮਨਪ੍ਰੀਤ ਨੇ ਵੀ ਦਮ ਤੋੜ ਦਿੱਤਾ, ਤਿੰਨਾਂ ਦੀ ਘਰੇਲੂ ਕਲੇਸ਼ ਦੇ ਕਾਰਨ ਮੌਤ ਹੋਈ। ਉਧਰ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ। ਇਹ ਜਿਹੜੀਆਂ ਮਲਪੁਰ ਅੜਕਾਂ 'ਚ 3 ਮੌਤਾਂ ਹੋਈਆਂ, ਅਵਤਾਰ ਸਿੰਘ, ਸੋਨੀਆ ਰਾਣੀ ਅਤੇ ਮਨਪ੍ਰੀਤ ਕੌਰ, ਹਾਂਜੀ, ਇਹਨਾਂ ਦੀ ਮੌਤ ਹੋਈ ਹੈ। 3 ਜਣਿਆਂ ਦੀ ਮੌਤ ਹੋ ਗਈ, ਪਰ ਇਹਨਾਂ ਦੇ ਅਜੇ ਕੋਈ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅਤੇ ਤਫਤੀਸ਼ ਚੱਲ ਰਹੀ ਹੈ। ਇਹਦੇ ਬਾਰੇ ਜਾਂਚ ਕੀਤੀ ਜਾ ਰਹੀ ਹੈ? ਜਾਂਚ ਕੀਤੀ ਜਾ ਰਹੀ ਹੈ, ਤਫਤੀਸ਼ ਚੱਲ ਰਹੀ ਹੈ। ਜਿਹੜੀਆਂ ਲਾਸ਼ਾਂ ਹੈ ਉਹ ਮੋਰਚਰੀ 'ਚ ਰਖਾਈਆਂ ਹੋਈਆਂ ਜੀ। ਓਕੇ, ਹਾਂਜੀ। ਭਾਰਤੀ ਜਲ ਸੈਨਾ ਨੇ ਇੱਕ ਵਾਰ ਫਿਰ ਆਪਣੀ ਹਿੰਮਤ ਅਤੇ ਇਨਸਾਨੀਅਤ ਦਾ ਪ੍ਰਦਰਸ਼ਨ ਕੀਤਾ। ਮੁੰਬਈ ਤੋਂ 200 ਨੌਟੀਕਲ ਮੀਲ ਦੂਰ ਚੀਨੀ ਜਹਾਜ਼ ਦਾ ਇੱਕ ਮਲਾਹ ਜ਼ਖਮੀ ਹੋ ਗਿਆ। ਭਾਰਤੀ ਜਲ ਸੈਨਾ ਨੂੰ ਚੌਂਗ ਸ਼ਾਨ ਮੇਨ ਨਾਮ ਦੇ ਜਹਾਜ਼ ਤੋਂ ਮਦਦ ਦੀ ਬੇਨਤੀ ਮਿਲੀ ਸੀ। ਜਲ ਸੈਨਾ ਨੇ ਤੁਰੰਤ ਉਸਦੀ ਮਦਦ ਕੀਤੀ। ਭਾਰਤੀ ਜਲ ਸੈਨਾ ਦੇ ਹੈਲੀਕਾਪਟਰ ਨੇ ਸਮੁੰਦਰੀ ਬਚਾਅ ਕੋਆਰਡੀਨੇਸ਼ਨ ਸੈਂਟਰ ਦੇ ਨਿਰਦੇਸ਼ਾਂ 'ਤੇ ਮਲਾਹ ਨੂੰ ਸੁਰੱਖਿਅਤ ਪਹੁੰਚਾਇਆ। ਜਲ ਸੈਨਾ ਨੇ ਕਿਹਾ ਕਿ ਸਮੁੰਦਰੀ ਬਚਾਅ ਤਾਲਮੇਲ ਕੇਂਦਰ ਮੁੰਬਈ ਨੂੰ ਮੁੰਬਈ ਤੋਂ 200 ਸਮੁੰਦਰੀ ਮੀਲ ਦੂਰ ਕਾਰਗੋ ਜਹਾਜ਼ ਚੌਂਗ ਸ਼ਾਨ ਮੇਨ ਤੋਂ ਦੁਖਦਾਈ ਸੰਦੇਸ਼ ਮਿਲਿਆ। ਉਹਨੇ ਕਿਹਾ ਕਿ ਸੰਦੇਸ਼ 'ਚ ਦੱਸਿਆ ਗਿਆ ਕਿ 51 ਸਾਲਾ ਚੀਨੀ ਮਲਾਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਅਤੇ ਬਹੁਤ ਖੂਨ ਵਹਿ ਰਿਹਾ ਸੀ ਅਤੇ ਉਸਨੂੰ ਤੁਰੰਤ ਸੁਰੱਖਿਅਤ ਸਥਾਨ 'ਤੇ ਲਿਜਾਣ ਦੀ ਬੇਨਤੀ ਕੀਤੀ ਗਈ ਸੀ। ਮੈਡੀਕਲ ਐਮਰਜੈਂਸੀ ਦੀ ਸਥਿਤੀ ਵਿੱਚ ਮੰਗ ਕਰ ਰਹੇ ਹੈਲੀਕਾਪਟਰ ਨੂੰ ਭਾਰਤੀ ਜਲ ਸੈਨਾ ਏਅਰ ਸਟੇਸ਼ਨ ਸ਼ਿਕਰਾ ਤੋਂ 5:50 'ਤੇ ਰਵਾਨਾ ਕੀਤਾ ਗਿਆ। ਚੁਣੌਤੀਪੂਰਨ ਸਥਿਤੀਆਂ ਦੇ ਬਾਵਜੂਦ ਮਰੀਜ਼ ਨੂੰ ਜਹਾਜ਼ ਦੇ ਪੁਲ ਵਿੰਗ ਤੋਂ ਸਫਲਤਾਪੂਰਵਕ ਏਅਰਲਿਫਟ ਕੀਤਾ।
ਗਰੀਬ ਲੋਕਾਂ ਨੂੰ ਲੁੱਟਣ ਵਾਲੇ ਅਯੋਗ ਲੋਕਾਂ ਦੇ ਰਾਸ਼ਨ ਕਾਰਡ ਰੱਦ ਕਰ ਦਿੱਤੇ ਗਏ ਨੇ। ਉਹਨਾਂ ਵਿੱਚੋਂ ਕੁਝ ਨੇ ਆਪਣੇ ਰਾਸ਼ਨ ਕਾਰਡ ਸਮਰਪਿਤ ਕੀਤੇ ਨੇ। ਜ਼ਿਲ੍ਹੇ ਵਿੱਚ ਯੋਗ ਪਰਿਵਾਰਾਂ ਦੇ 3,34,000 ਲਾਭਪਾਤਰੀਆਂ ਦੇ ਆਯੁਸ਼ਮਾਨ ਕਾਰਡ ਬਣਾਏ ਗਏ ਨੇ। ਹੁਣ ਕਾਰਡ ਰੱਦ ਹੋਣ ਤੋਂ ਬਾਅਦ ਇਹਨਾਂ ਲਾਭਪਾਤਰੀਆਂ ਨੂੰ ਮੁਫ਼ਤ ਇਲਾਜ ਦਾ ਲਾਭ ਮਿਲਣ 'ਤੇ ਸ਼ੱਕ ਪੈਦਾ ਹੋ ਗਿਆ। ਉਮੀਦ ਹੈ ਕਿ ਹੁਣ ਅਯੋਗ ਲੋਕਾਂ ਦੇ ਆਯੁਸ਼ਮਾਨ ਕਾਰਡ ਵੀ ਰੱਦ ਹੋ ਜਾਣਗੇ, ਕਿਉਂਕਿ ਹਸਪਤਾਲਾਂ 'ਚ ਗੋਲਡਨ ਕਾਰਡ ਧਾਰਕਾਂ ਨੂੰ ਆਯੁਸ਼ਮਾਨ ਯੋਜਨਾ ਤਹਿਤ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਰਾਸ਼ਨ ਕਾਰਡ ਨੰਬਰ ਨਾਲ ਤਸਦੀਕ ਕੀਤਾ ਜਾਂਦਾ ਹੈ। ਸਿਹਤ ਵਿਭਾਗ ਇਸ ਗੱਲ ਦਾ ਵੇਰਵਾ ਤਿਆਰ ਕਰਨ 'ਚ ਲੱਗਿਆ ਹੋਇਆ ਕਿ ਕਿੰਨੇ ਅਯੋਗ ਲਾਭਪਾਤਰੀਆਂ ਨੂੰ ਇਸ ਸਕੀਮ ਤੋਂ ਬਾਹਰ ਰੱਖਿਆ ਜਾਏਗਾ। ਜ਼ਿਲ੍ਹੇ 'ਚ 3,56,206 ਰਾਸ਼ਨ ਕਾਰਡ ਧਾਰਕ ਨੇ। ਇਹਨਾਂ ਵਿੱਚ 3,19,417 ਯੋਗ ਪਰਿਵਾਰ ਅਤੇ 36,799 ਅੰਤੋ ਦੇ ਕਾਰਡ ਧਾਰਕ ਸ਼ਾਮਲ ਨੇ। ਗੁਰਦਾਸਪੁਰ ਦੀ ਪੁਰਾਣੀ ਸਬਜ਼ੀ ਮੰਡੀ ਚੌਂਕ ਵਿਖੇ ਸਰਕਾਰੀ ਕਾਲਜ ਰੋਡ ਦੇ ਸ਼ਹੀਦੀ ਗੇਟ ਨੇੜੇ ਸਥਿਤ ਇੱਕ ਸੋਡਾ ਵਾਟਰ ਦੀ ਰੇਹੜੀ ਲਗਾਉਣ ਵਾਲੇ ਗਰੀਬ ਵਿਅਕਤੀ ਦਾ ਰੁਜ਼ਗਾਰ ਇੱਕ ਬੇਕਾਬੂ ਤੇਜ਼ ਰਫ਼ਤਾਰ ਕਾਰ ਨੇ ਤਹਿਸ ਨਹਿਸ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਦੇਰ ਰਾਤ 1 ਵਜੇ ਦੇ ਕਰੀਬ ਬੇਕਾਬੂ ਕਾਰ ਕੁਝ ਹੋਰ ਦੁਕਾਨਾਂ ਦੇ ਥੜੇ ਤੋੜਦੀ ਹੋਈ ਅਸ਼ਵਨੀ ਕੁਮਾਰ ਬੱਬੀ ਨਾਮਕ ਵਿਅਕਤੀ ਦੀ ਰੇਹੜੀ 'ਚ ਜਾ ਟਕਰਾਈ। ਘਰ ਦੀ ਟੱਕਰ ਨਾਲ ਚੌਂਕ ਵਿੱਚ ਲੱਗਿਆ ਇੱਕ ਬਿਜਲੀ ਦਾ ਪੋਲ ਵੀ ਟੁੱਟ ਗਿਆ। ਪੁਲਿਸ ਦੇ PCR ਮੁਲਾਜ਼ਮ ਦੇਰ ਰਾਤ ਮੌਕੇ 'ਤੇ ਪਹੁੰਚੇ ਅਤੇ ਗੱਡੀ ਦੇ ਕਾਗਜ਼ ਆਪਣੇ ਕਬਜ਼ੇ 'ਚ ਲਏ। ਇਹ ਹੋਇਆ ਜੀ, ਪੱਧਰੋਂ ਗੱਡੀ ਆਈ ਦਰਾਂਗਲੇ ਰੋਡ ਤੋਂ, ਸ਼ਰਾਬ ਉਹਨਾਂ ਪੀਤੀ ਦੀ ਬੜੀ ਤੇਜ਼ ਆਈ। ਪਹਿਲਾਂ ਥੜੇ ਭੰਨੇ ਆ, ਉਸ ਤੋਂ ਬਾਅਦ ਤੋੜਦੇ ਆ ਖੰਭੇ 'ਚ ਵੱਜੀ, ਬਾਅਦ 'ਚ ਰੇੜੀ ਦੇ ਵਿੱਚ ਮਾਰੀ ਆ, ਰੇੜੀ ਭੰਨੇ ਭੁੰਨ ਕੇ ਅਤੇ ਵਾਹ, ਬਾਅਦ ਵਿੱਚ ਇਹਨਾਂ ਦਾਰੂ ਪੀਤਾ ਦਾ, ਇਹਨਾਂ 'ਤੇ ਵੀ ਸੱਟਾਂ ਲੱਗੀਆਂ। 6 ਵਜੇ ਫੋਨ ਗਿਆ ਜੀ, 6 ਵਜੇ ਮੈਂ ਆਇਆ ਅਤੇ ਅੱਗੇ ਰੇੜੀ ਗਿੱਲੜੀ ਦੀ, ਬਾਅਦ 'ਚ ਮੈਨੂੰ ਮੁਲਾਜ਼ਮ ਪਬਲਿਕ ਨੇ ਦੱਸਿਆ ਕਿ ਤੇਰੀ ਰੇੜੀ ਗੱਡੀ ਭੰਨ ਕੇ ਗਈ ਆ ਅਤੇ ਸ਼ਰਾਬ ਉਹਨਾਂ ਪੀਤੀ ਦੀ ਫੱਟੜ ਹੋ ਗਿਆ। ਅਤੇ ਮੁਲਾਜ਼ਮ ਉੱਥੇ ਆ ਗਏ ਸੀ, ਕਰਨੈਲ ਸਿੰਘ, ਉਹਨਾਂ ਨੇ ਆ ਕੇ ਉਹਨਾਂ ਦੀ RC ਲੈ ਲਈ ਆ, ਅਤੇ ਉਹ ਗੱਡੀ ਜਿਹੜੀ ਆ ਟਰੈਕਟਰ ਦੇ ਨਾਲ ਬੰਨ ਕੇ ਤੋਂ ਘਰ ਲੈ ਗਏ ਆ। ਸੀਟੀ ਕਿਉਂ ਨਹੀਂ ਲਾਈ ਗਈ, ਐਕਸੀਡੈਂਟ ਹੋਇਆ ਸੀਗਾ, ਅਤੇ ਸਾਨੂੰ ਉਡੀਕਦੇ, ਸਾਨੂੰ ਪਤਾ ਲੱਗਦਾ ਵੀ ਠੀਕ ਆ ਜਿਹੜੀ ਗੱਡੀ ਵੱਜੀ ਆ। ਇਹ ਦਿਨੀ ਗੁਰਦਾਸਪੁਰ ਦੀ ਮੱਛੀ ਮਾਰਕੀਟ ਸਥਿਤ ਇੱਕ ਦੁਕਾਨ ਵਿੱਚ ਭਿਆਨਕ ਅੱਗ ਲੱਗੀ ਸੀ, ਜਿਸ ਕਾਰਨ ਦੁਕਾਨਦਾਰ ਦਾ ਕਾਫੀ ਨੁਕਸਾਨ ਹੋਇਆ ਸੀ। ਜਿਸ ਤੋਂ ਬਾਅਦ ਵਪਾਰ ਮੰਡਲ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਮਹਾਜਨ ਆਪਣੇ ਸਾਥੀਆਂ ਸਮੇਤ ਦੁਕਾਨ ਮਾਲਕ ਮਿੰਟੂ ਨੂੰ ਮਾਲੀ ਸਹਾਇਤਾ ਦੇਣ ਪਹੁੰਚੇ। ਵਪਾਰ ਮੰਡਲ ਵੱਲੋਂ ਮਿਲੀ ਮਦਦ ਲਈ ਦੁਕਾਨਦਾਰ ਨੇ ਮੰਡਲ ਦਾ ਧੰਨਵਾਦ ਕੀਤਾ। ਫਿਰੋਜ਼ਪੁਰ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਗਿਰੋਹ ਦੇ 11 ਮੈਂਬਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਪਾਸੋਂ 12 ਮੋਟਰਸਾਈਕਲ, 2 ਐਕਟਿਵਾ, 23 ਮੋਬਾਈਲ ਫੋਨ, ਨਜਾਇਜ਼ ਅਸਲਾ ਅਤੇ ਨਕਦੀ ਬਰਾਮਦ ਹੋਈ ਹੈ। ਜਿਸ ਸਬੰਧੀ ਵਧੇਰੇ ਜਾਣਕਾਰੀ ਦਿੰਦੀ ਹੈ SSP ਫਿਰੋਜ਼ਪੁਰ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਦੇ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਪਿਛਲੇ 2 ਦਿਨ ਦੇ ਦੌਰਾਨ ਟੋਟਲ 5 ਮੁਕੱਦਮੇ ਦਰਜ ਹੈ ਜਿਹੜੇ ਸੋਲਵ ਹੋ ਚੁੱਕੇ ਨੇ। ਇਸ ਤੋਂ ਇਲਾਵਾ ਪੁੱਛਗਿੱਛ ਮੇ 18 ਤੇ ਉੱਤੇ ਮੁਕੱਦਮੇ ਸੋਲਵ ਹੋਏ ਨੇ। ਹਾਲ ਫਿਲਹਾਲ ਅਨਾਜ ਮੰਡੀ ਦੇ ਦੌਰਾਨ ਇੱਕ ਲੇਡੀ ਪੇ ਦਿਨ ਦਹਾੜੇ ਉਹਨਾਂ ਦੇ ਘਰ ਦੇ ਵਿੱਚ ਘੁਸ ਕੇ ਉਹਨਾਂ ਦੇ ਸੋਨੇ ਦੀ ਜੁਐਲਰੀ ਅਤੇ ਕੁਛ ਪੈਸੇ ਇਹਨਾਂ ਨੇ ਖੋਹ ਕੀਤੀ ਸੀਗੀ। ਅਸੀਂ ਉਹ ਕੇਸ ਵੀ ਸੋਲਵ ਕੀਤਾ ਹੈ, ਉਹ ਸਾਰੀ ਵੀ ਰਿਕਵਰੀ ਹੋ ਗਈ ਹੈ। ਇਸ ਤੋਂ ਇਲਾਵਾ ਜਿਹੜਾ ਟੈਕਸੀ ਸਟੈਂਡ ਹੈ ਉਹਦੇ ਉੱਪਰ ਇੱਕ ਬਹੁਤ ਹੀ ਨਿਰਮਮਤਾ ਸੀ, ਇਹਨਾਂ ਨੇ ਇੱਕ ਬੰਦੇ ਦੇ ਉੱਪਰ ਅਟੈਕ ਕੀਤਾ ਸੀ ਅਤੇ ਉਹਦੇ 30,000 ਰੁਪਏ ਦੀ ਜਿਹੜੀ ਮਿਹਨਤ ਦੀ ਕਮਾਈ ਸੀਗੀ ਉਹਨੂੰ ਖੋਹ ਕੀਤਾ ਸੀਗਾ। ਅਸੀਂ ਉਹ ਕੇਸ 'ਤੇ ਵੀ ਇਨ ਬੰਦੋ ਨੂੰ ਗ੍ਰਿਫਤਾਰ ਕਰਨ 'ਚ ਕਾਮਯਾਬ ਹੋ ਗਏ ਅਤੇ ਇਸ ਤੋਂ ਨਾਲ ਨਾਲ ਰਿਕਵਰੀ ਵੀ ਪੂਰੀ ਕੀਤੀ ਹੈ। ਕਲੱਬੀ ਹੋਟਲ ਮੇ ਜਿਹੜਾ ਹਾਲ ਫਿਲਹਾਲ ਨਿਊਜ਼ 'ਚ ਆਇਆ ਵੀ ਸੀਗਾ ਉਹਦੇ ਵਿੱਚ ਵੀ ਜਿਹੜੀ ਪਿਸਤਲ ਦੇ ਨੌਕ ਪਿਸਤੌਲ ਦਿਖਾ ਕੇ ਇਹਨਾਂ ਨੇ ਜਿਹੜੀ ਝਪਟ ਕੀਤੀ ਸੀਗੀ
ਉਹਦੇ ਵਿੱਚ ਵੀ ਅਸੀਂ ਰਿਕਵਰੀ ਕਰਨ 'ਚ ਕਾਮਯਾਬ ਹੋਏ ਨੇ ਅਤੇ ਨਾਲ ਨਾਲ ਅਤੇ ਉਹਦੇ ਵਿੱਚ ਵੀ ਜਿਹੜੇ ਕੇਸ ਨੇ ਮੁਕੱਦਮੇ ਟਰੇਸ ਕਰਕੇ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਡੰਡਿਆਲਾ ਗੁਰੂ ਪੁਲਿਸ ਨੇ ਸ਼ਹਿਰ ਵਿੱਚ ਫਿਰੌਤੀ ਮੰਗਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ। ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਦੱਸਿਆ ਕਿ 10,000 ਰੁਪਏ ਲਈ ਫਾਇਰਿੰਗ ਕਰਦਾ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਦੇ ਮਾਸਟਰ ਮਾਈਂਡ ਯੂਕੇ 'ਚ ਬੈਠੇ ਨੇ ਅਤੇ ਉੱਥੋਂ ਉਹਨਾਂ ਨੂੰ ਆਦੇਸ਼ ਜਾਰੀ ਕਰਦੇ ਸੀ। ਪੁਲਿਸ ਨੇ ਇਹ ਵੀ ਦੱਸਿਆ ਕਿ ਹੁਣ ਤੱਕ ਇਸ ਮਾਮਲੇ 'ਚ 6 ਲੋਕਾਂ ਨੂੰ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਗਿਆ, ਜਿਨ੍ਹਾਂ 'ਚੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੋਲੀਆਂ ਚਲਾਉਣ ਵਾਲੇ 2 ਨੌਜਵਾਨ ਸਨ, ਜਿਨ੍ਹਾਂ 'ਚੋਂ ਇੱਕ ਨੂੰ ਗ੍ਰਿਫਤਾਰ ਕੀਤਾ ਗਿਆ, ਜਦੋਂ ਕਿ ਦੂਸਰੇ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਡੀਐਸਪੀ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਇਸਦਾ ਰਿਮਾਂਡ ਹਾਸਲ ਕੀਤਾ ਜਾਏਗਾ ਅਤੇ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਨਗਰ ਕੌਂਸਲ ਗੁਰਦਾਸਪੁਰ ਵੱਲੋਂ ਪਲਾਸਟਿਕ ਦੇ ਲਿਫਾਫੇ ਵਰਤਣ ਵਾਲੇ ਦੁਕਾਨਦਾਰਾਂ ਖਿਲਾਫ਼ ਵੱਡੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਬੀਤੇ ਦਿਨੀ ਕੌਂਸਲ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਟੀਮ ਵੱਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ 'ਚ ਲਿਫਾਫੇ ਜ਼ਬਤ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੌਰਾਨ ਲਗਭਗ 5 ਕੁਇੰਟਲ ਦੇ ਕਰੀਬ ਪਲਾਸਟਿਕ ਦੇ ਲਿਫਾਫੇ ਦੁਕਾਨਾਂ ਵਿੱਚੋਂ ਜ਼ਬਤ ਕਰਕੇ ਕੌਂਸਲ ਅਧਿਕਾਰੀਆਂ ਵੱਲੋਂ ਆਪਣੇ ਕਬਜ਼ੇ 'ਚ ਲਏ ਗਏ। ਹਾਲਾਂਕਿ ਇਸ ਦੌਰਾਨ ਦੁਕਾਨਦਾਰਾਂ ਵੱਲੋਂ ਨਗਰ ਕੌਂਸਲ ਦੀ ਕਾਰਵਾਈ ਦਾ ਵਿਰੋਧ ਜਤਾਇਆ ਗਿਆ। ਨਗਰ ਕੌਂਸਲ ਦੇ ਸੁਪਰੀਡੈਂਟ ਅਸ਼ੋਕ ਕੁਮਾਰ ਨੇ ਦੱਸਿਆ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਖਤਮ ਕਰਨ ਲਈ ਲਿਫਾਫੇ ਜ਼ਬਤ ਕਰਨ ਦੀ ਕਾਰਵਾਈ ਜਾਰੀ ਹੈ ਅਤੇ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ। ਵੇਸਟ ਨੂੰ ਸਾਡਾ ਵੇਸਟ ਪਿੱਕਰ ਲਿਆਉਂਦਾ ਆ, ਉਹਨੂੰ ਅਸੀਂ ਲਿਆ ਕੇ ਐਮ ਆਰ ਐਫ ਸ਼ੈੱਡ ਤੇ ਰੱਖਦੇ ਹਾਂ। ਉੱਥੇ ਅਸੀਂ ਇਸ ਚੀਜ਼ ਨੂੰ 3R ਦਾ ਰੂਪ ਦਿੰਦੇ ਹਾਂ। ਲੋਕਾਂ ਨੂੰ ਅਸੀਂ ਇਹੋ ਅਪੀਲ ਕਰਦੇ ਹਾਂ ਵੀ ਸਾਨੂੰ ਨਗਰ ਕੌਂਸਲ ਨੂੰ ਸਹਿਯੋਗ ਕਰੋ, ਕਿਉਂਕਿ ਅਸੀਂ ਵਾਤਾਵਰਨ ਸਾਫ਼ ਸੁਥਰਾ ਚਾਹੁੰਦੇ ਹਾਂ, ਸਾਫ਼ ਪਸੰਦ ਜਿਹੜਾ ਸ਼ਹਿਰ ਚਾਹੁੰਦੇ ਹਾਂ। ਤੁਸੀਂ ਵੀ ਸਾਨੂੰ ਸਹਿਯੋਗ ਦਿਓ। ਵੇਖੋ, ਜਿਹੜਾ ਬੰਦਾ ਨਗਰ ਕੌਂਸਲ ਵੱਲੋਂ ਯਾਰੀ ਵਾਰ ਵਾਰ ਲੋਕ ਹਿੱਤ ਦੇ ਵਿੱਚ ਜਿਹੜੀਆਂ ਸਾਡੇ ਵੱਲੋਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ, ਜੇ ਉਹਦੇ ਵਿੱਚ ਫਿਰ ਵੀ ਬੰਦਾ ਨਹੀਂ ਸਾਨੂੰ ਸਹਿਯੋਗ ਦਿੰਦਾ ਤੇ ਫਿਰ ਜੋ ਐਕਟ ਦੇ ਵਿੱਚ ਪ੍ਰੋਵੀਜ਼ਨ ਆ, ਐਕਟ ਦੇ ਵਿੱਚ ਪ੍ਰੋਵੀਜ਼ਨ ਆ ਵੀ ਉਸ ਬੰਦੇ ਨੂੰ ਪੈਨਲਟੀ ਜਿਹੜੀ ਆ ਨਾਟ ਲੈਸ ਦੈਨ 5,000 ਤੇ ਉਹ ਫਿਰ ਜਿਹੜੀ ਪ੍ਰੋਵੀਜ਼ਨ ਮੁਤਾਬਕ ਚੱਲੇਗੀ। ਜੇ ਕੰਟੀਨਿਊ ਡਿਫੈਂਸ ਕਰੂਗਾ ਤੇ ਫਿਰ ਉਦੋਂ ਜਿਹੜਾ ਅਸੀਂ ਉਸਦਾ ਕੋਰਟ ਦੇ ਵਿੱਚ ਕੇਸ ਜਿਹੜੀ ਕੰਪਲੇਂਟ ਫਾਈਲ ਜਿਹੜੀ ਕਰਾਂਗੇ। ਬਟਾਲਾ ਦੇ ਭੀੜ ਭਾੜ ਵਾਲੇ ਬਾਜ਼ਾਰ ਸਿਟੀ ਰੋਡ ਤੇ ਦਿਨ ਦਿਹਾੜੇ ਇੱਕ ਸੁਨਿਆਰੇ ਦੀ ਦੁਕਾਨ ਤੇ ਇੱਕ ਮੋਟਰਸਾਈਕਲ ਸਵਾਰ 2 ਹਮਲਾਵਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਜਿਸ ਦੌਰਾਨ ਗੋਲੀਆਂ ਦੁਕਾਨ ਦੇ ਸ਼ੀਸ਼ੇ ਉੱਪਰ ਲੱਗੀਆਂ ਪਰ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ, ਪਰ ਦੁਕਾਨ ਦਾ ਸ਼ੀਸ਼ਾ ਟੁੱਟ ਗਿਆ। ਘਟਨਾ ਤੋਂ ਬਾਅਦ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਨਜ਼ਰ ਆ ਰਿਹਾ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਨਰੇਸ਼ ਜਵੈਲਰ ਦੇ ਇਮੀਗ੍ਰੇਸ਼ਨ ਸੈਂਟਰ ਤੇ ਗੋਲੀਆਂ ਚਲਾਈਆਂ ਗਈਆਂ ਸਨ। ਮਾਮਲਾ ਸੁਨਿਆਰੇ ਕੋਲੋਂ ਰੰਗਦਾਰੀ ਮੰਗਣ ਦਾ ਦੱਸਿਆ ਜਾ ਰਿਹਾ। ਇੱਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਿਸ ਤਰ੍ਹਾਂ ਸ਼ਹਿਰ 'ਚ ਗੋਲੀਆਂ ਚੱਲ ਰਹੀਆਂ ਨੇ, ਲੋਕਾਂ ਦਾ ਬਟਾਲਾ ਪੁਲਿਸ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਦਾ ਨਜ਼ਰ ਆ ਰਿਹਾ। ਸਪਲੈਂਡਰ ਮੋਟਰਸਾਈਕਲ ਸੀ ਬਲੈਕ ਰੰਗ ਦਾ, ਉੱਥੇ 2 ਮੁੰਡੇ ਬੈਠੇ ਸੀ। ਇੱਕ ਨੇ ਉਹ ਸੰਤਰੀ ਰੰਗ ਦਾ ਬੰਨਿਆ ਸੀ ਮੂੰਹ ਨਾਲ, ਇੱਕ ਨੇ ਵਾਈਟ ਨਾਲ। ਉਹ ਇਹਨਾਂ ਦੇ ਲੁਥਰਾ ਨਰੇਸ਼ ਜੂਲਰ ਆ, ਇਹਨਾਂ ਦੀ ਦੁਕਾਨ 'ਤੇ ਫਾਇਰ ਕਰਕੇ ਦੇ ਭੱਜ ਗਏ ਆ। ਅਸੀਂ ਇਸ ਮੌਕੇ 'ਤੇ ਆ ਗਏ ਹਾਂ, ਤਫਤੀਸ਼ ਜਾਰੀ ਆ, CCTV ਕੈਮਰੇ ਚੈੱਕ ਕਰ ਰਹੇ ਹਾਂ, ਨਾਕੇ ਸ਼ਹਿਰ 'ਚ ਲਵਾ ਤੇ ਆ, ਅਡਜੋਇਨਿੰਗ ਜਿਹੜੇ ਡਿਸਟ੍ਰਿਕਟ ਆ ਉੱਧਰ ਵੀ ਨਾਕੇ ਲਵਾ ਤੇ ਆ ਅਤੇ ਉਹਨਾਂ ਦੀ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼। ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਵੱਲ।
ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।